ਹੱਥ ਚਾਵੇਂਗਾ ਤੇ ਗਾਜ਼ੀ ਨੂੰ ਸਲਾਮ ਕਰੇਗਾ, ਹੱਥ ਚਾਵੇਂਗਾ ਤੇ ਅਬਾਸ ਨੂੰ ਸਲਾਮ ਕਰੇਗਾ, ਹੱਥ ਉੱਚੇ ਹੈਦਰੀ। ਇਹ ਸਭ ਤੋਂ ਵੱਡਾ ਕਰਮ ਹੈ, ਇਸ ਤੋਂ ਵੱਡਾ ਕਰਮ ਹੀ ਕੋਈ ਨਹੀਂ। ਮੌਲਾ ਦੀ ਕਸਮ, ਤੁਹਾਡੇ ਹੱਥਾਂ ਨੂੰ ਸਲਾਮ ਹੈ। ਜਿਹਦੇ ਦਿਲ 'ਚ ਮੁਹੱਬਤ ਅਹਿਲੇ ਬੈਤ ਹੈ, ਸਭ ਤੋਂ ਵੱਡਾ ਕਰਮ ਹੈ। ਉੱਥੇ ਮੌਲਾ ਕਰਮ ਕਮਾਇਆ, ਜਿਵੇਂ ਅਲਮੇ ਅਬਾਸ ਦਲਾਇਆ, ਕਰਮ ਕਮਾਇਆ ਜਿਵੇਂ ਅਲਮੇ ਅਬਾਸ ਦਲਾਇਆ, ਮੌਲਾ ਕਰਮ ਕਮਾਇਆ ਜਿਵੇਂ ਅਲਮੇ ਅਬਾਸ ਦਲਾਇਆ, ਮੌਲਾ ਕਰਮ ਕਮਾਇਆ ਜਿਵੇਂ ਅਲਮੇ ਅਬਾਸ ਦਲਾਇਆ, ਮੌਲਾ ਕਰਮ ਕਮਾਇਆ ਜਿਵੇਂ ਅਲਮੇ ਅਬਾਸ ਦਲਾਇਆ। ਲੱਭਣਾ ਕੀ ਹੈ, ਫਾਇਦਾ ਕੀ ਹੋਣਾ? ਅੱਗੇ ਆ ਜਾਓ, ਆ ਜਾਓ, ਆ ਜਾਓ ਮੌਲਾ ਦੇ ਬਸ, ਆ ਜਾਓ। ਜੰਨਤ ਵਿੱਚ ਉਸਦੇ ਘਰ ਦਾ, ਜੰਨਤ ਵਿੱਚ ਉਸਦੇ ਘਰ ਦਾ ਸਲਮਾਨ ਹਸੀ ਹਮਸਾਇਆ। ਜੀਓ ਮੇਰਾ ਸਰਦਾਰ, ਜੀਓ ਮੇਰਾ ਵੱਡਾ ਵੀਰਾ, ਹੱਥ ਉੱਚੇ ਅਲੀ ਲਾਲੀ ਕਲੰਦਰ। ਮੌਲਾ ਪੁੱਤਰਾਂ ਦੇ ਬਖਸ਼ ਬੁਲੰਦ ਕਰੋ, ਇਮਾਮ ਹੁਸੈਨ ਬਾਦਸ਼ਾਹ ਰੰਗ ਲਾਵੇ, ਅੱਲਾ ਜਨ ਕੀ ਦਰਾਂ ਫਰਮਾਵੇ, ਮੈਂ ਨੌਕਰਾਂ ਉੱਤੇ ਮੌਲਾ ਕਰਮ ਕਮਾਇਆ, ਅੰਕਲ ਆਜ਼ਾਦ ਜੀ ਵਾਦਾ ਵਫਾ ਹੋ ਗਿਆ, ਅੱਲਾ ਤੁਹਾਡਾ ਸਾਇਆ ਸਲਾਮਤ ਰੱਖੇ। ਤੁਸੀਂ ਆਖਿਆ ਮਜਲਿਸ ਪੁੱਤਰ ਪੂਰੀ ਪੜ੍ਹਨੀ ਹੈ, ਮੈਂ ਸ਼ੇਰ ਪੜ੍ਹ ਕੇ ਵੇਖਣਾ, ਮੈਂ ਪੜ੍ਹਨੀ ਹੈ ਕਿ ਸਲਾਮ ਕਰ ਜਾਣਾ ਹੈ। ਬੰਦੇ ਆਦਨ ਸ਼ੀਆ ਈਦ ਵਾਲੇ ਦਿਨ ਵੀ ਰੋਂਦੇ ਨੇ, ਉਹ ਵੇਖੋ ਅੱਜ ਤੀਸਰਾ ਦਿਨ ਹੈ ਈਦ ਦਾ, ਇਹ ਮਾਤਮ ਕਰਦੇ ਨੇ, ਰੋਂਦੇ ਨੇ, ਅੱਲਾ ਜਾਣੇ ਇਹਨਾਂ ਦੀ ਕਿਹੜੀ ਈਦ ਹੈ, ਇਹ ਕਦੋਂ ਈਦ ਕਰ ਸਨ। ਮੈਂ ਕਿਹਾ ਆ ਦੱਸਾਂ, ਉਹ ਈਦ ਤੋਂ ਵੱਧ ਦਿਨ ਹੋ ਸੀ ਜਦੋਂ ਚੰਨ ਨਰ ਜਸਦਾ ਆਇਆ। ਅੱਲਾਹ ਅਕਬਰ, ਅੱਲਾਹ ਅਕਬਰ, ਅੱਲਾਹ ਅਕਬਰ, ਅੱਲਾਹ ਅਕਬਰ, ਬਿਸਮਿਲ੍ਲਾ ਕਰਾਂ। ਮੈਂ ਨੌਕਰਾਂ ਜੀ, ਮੈਂ ਨੌਕਰਾਂ, ਦੋਵੇਂ ਹਚਾਓ ਹੈਦਰੀ। ਅੱਲਾ ਤੁਹਾਡੀ ਜ਼ਿੰਦਗੀ ਦਰਿਆ ਫਰਮਾਵੇ, ਸਿਆਲਕੋਟ ਜ਼ਿੰਦਾਬਾਦ, ਅਜ਼ਾਦਾਰ ਜ਼ਿੰਦਾਬਾਦ, ਮਲਕ ਮਿੱਠੂ ਸਾਹਿਬ। ਬੰਦੀ ਆਦਨ ਸ਼ੀਆ ਈਦ ਵਾਲੇ ਦਿਨ ਵੀ ਮਾਤਮ ਕਰਦੇ ਨੇ, ਇਹ ਰੋਂਦੇ ਨੇ, ਅੱਜ ਵੀ ਫਤਵੇ ਲੱਗਣੇ ਨੇ, ਉਹ ਵੇਖੋ ਅੱਜ ਵੀ ਰੋਂਦੇ ਨੇ, ਇਹਨਾਂ ਦੀ ਕਿਹੜੀ ਈਦ ਹੈ। ਮੈਂ ਕਿਹਾ ਫਤਵੇ ਨਾ ਲਾ, ਉਹ ਈਦ ਤੋਂ ਵੱਧ ਦਿਨ ਹੋ ਸੀ ਜਦੋਂ ਚੰਨ ਨਰ ਜਸਦਾ ਆਇਆ। ਸਰ ਜੀ ਮਹਦੀ ਦੇ ਸਰ ਤੇ ਹੋ ਸੀ, ਮਹਦੀ ਦੇ ਸਰ ਤੇ ਹੋ, ਮਹਦੀ ਦੇ ਸਰ ਤੇ ਹੋ, ਗਾਸੀ ਦੇ ਅਲਮ ਦਸਾਇਆ। ਜਿਹਦੇ ਸਿਰ ਤੇ ਅਲਮ ਦਸਾਇਆ ਏ, ਹੱਥਾਂ ਦੇ ਪਰਬ ਨਾ ਬੋਲੋ ਹੈ ਦਰ। ਇਹਨਾਂ ਦੀ ਥੋੜ੍ਹੀ ਇੱਕੋ ਕੰਮ ਕਰੋ, ਇਹਨਾਂ ਦੀ ਵੈਸੇ ਫਿੱਟ ਚੱਲ ਰਿਹਾ ਹੈ, ਹੱਥ ਚਾਹ ਕੇ ਉੱਚਾ ਨਾਰਾ ਹੈ ਦਰੀ। ਆਓ ਜੀ ਸੈਯਦਾਦਾ, ਬਿਸਮਿਲ੍ਲਾ, ਨਾਰਾ ਤਕਬੀਰ। ਨਹੀਂ 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 ਵੀਰ ਨਸਾਰ ਸ਼ਾਹ, ਤਮਲਾ ਕਰ ਅਜ਼ਾਬਾਸ, ਇੰਜ ਨਹੀਂ। ਜਿਹਦੇ ਜਿਹੜੇ ਬੰਦੇ ਦੇ ਘਰ ਦੇ ਛੱਤ ਦੇ ਉੱਤੇ ਮੌਲਾ ਗਾਜ਼ੀ ਅਬਾਸ ਦਾ ਆਲਮ ਲੱਗਾ, ਤੇ ਜਿਹਦੇ ਉੱਤੇ ਮੌਲਾ ਗਾਜ਼ੀ ਅਬਾਸ ਨੇ ਕਰਮ ਕੀਤਾ, ਉਸ ਬੰਦੇ ਤੇ ਬਾਤ ਬੁਲਾਉਂਦੇ ਨੇ ਚਾਹੀਦੇ ਨੇ, ਤੇ ਬਾਤ ਬੁਲਾਉਂਦੇ ਨੇ ਚਾਹੀਦੇ। ਲਿਆਕਤ ਭਾਈ ਤੇ ਭਾਈ ਅਮਰ ਬਾਜਵਾ, ਇਹਨਾਂ ਦਾ ਕਿਲੇ ਬਣਾਉਣੇ, ਪਤਾ ਲੱਗੇ ਕਿ ਕਿਤੇ ਕਿਤੇ ਮੌਲਾ ਗਾਜ਼ੀ ਅਬਾਸ ਦਾ ਕਰਮ ਹੈ। ਨਾਰਾ ਤਕਬੀਰ, ਸੁਭਾਨ ਅੱਲਾ ਸਾਰਿਆਂ ਦੇ। ਨਾਰਾ ਅੱਲਾ ਤੁਹਾਨੂੰ ਸਲਾਮਤ ਰੱਖੇ। ਬੰਦੇ ਆਦਨ ਸ਼ੀਆ ਈਦ ਵਾਲੇ ਦਿਨ ਵੀ ਰੋਂਦੇ ਨੇ,
ईद वाले दिन मातम करते ने अल्लाह जाने इन्हां दी कड़ी ईद मैं के दसा ओ ईद तो वध दिन हो से जद चन नर जसदाया मलक जी जिन्हें अच्छा तुहानू मौला दा वास्ता जी एक बारी मेरा थोड़ी जी तईद करियो मौला दा वास्ता तुहानू गाजी की कसम मैं रहत नहीं रखनी एक बारी दसो मैं करम सही दसिया ना इस तो वड्डा करम हो सकता है जिदे छाते अलम लग जाए ਉਤੇ ਮੌਲਾ ਕਰਮ ਕਮਾਇਆ ਜਿਨੇ ਅਲਮੇ ਬਾਸ ਦਲਾਇਆ ਉਤੇ ਮੌਲਾ ਕਰਮ ਕਮਾਇਆ ਜਿਨੇ ਅਲਮੇ ਬਾਸ ਦਲਾਇਆ ਮਲਕ ਜੀ ਸਾਰੇ ਸ਼ੇਰ ਆਪਣੀ ਮਰਜ਼ੀ ਨਾਲ ਸੁਣਿਓ ਕੁਰਾਨ ਦੀ ਕਸਮ ਮੈਂ ਕਬਰ ਤੱਕ ਰਾਜ਼ੀ ਹਾਂ ਲੇਕਿਨ ਸ਼ਾਹ ਸਾਹਿਬ ਬਵਜ਼ ਈਸ਼ਾ ਜੀ ਇੱਕ ਵੰਡ ਕੱਢਣ ਲੱਗਾ ਵੰਡ ਕੱਢਣ ਲੱਗਾ ਇਹ ਅਲਮ ਅਬਾਸ ਦਾ ਕਰਦਾ ਕੀ ਹੈ ਸ਼ਾਹ ਸਾਹਿਬ ਮੇਰੀ ਤਰਫ ਦੇਖੇ ਆਪ ਅਲਮ ਅਬਾਸ ਦਾ ਕਰਦਾ ਕੀ ਹੈ ਇਹਦੇ 'ਚ ਕਿਹੜੀ ਕਿਹੜੀ ਕੁਆਲਿਟੀ ਪਾਈ ਜਾਂਦੀ ਹੈ ਅਲਮ ਅਬਾਸ ਦਾ ਕਰਦਾ ਕੀ ਹੈ ਮਾਤਮੀ ਨਾ ਬੋਲਿਆ ਬਾਬਾ ਮਦਰ ਸ਼ਾਹ ਤੇ ਮੈਨੂੰ ਦੁੱਖ ਲੱਗੇਗਾ ਅਲਮ ਅਬਾਸ ਦਾ ਕਰਦਾ ਕੀ ਹੈ ਅਲਮ ਅਬਾਸ 'ਚ ਕਿਹੜੀ ਕਿਹੜੀ ਕੁਆਲਿਟੀ ਪਾਈ ਜਾਂਦੀ ਹੈ ਮਿੰਬਰ ਤੇ ਖਲੋ ਕੇ ਵੀ ਆਖਣਾ ਅਸਾਂ ਮਾਤਮੀ ਹਲਕੇ ਦੇ ਵਿੱਚ ਜਦੋਂ ਅਲਮ ਅਬਾਸ ਦਾ ਚਾ ਆਇਆ ਹਾਏ 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 ਅੱਲਾਹ ਅਕਬਰ ਅੱਲਾਹ ਅਕਬਰ ਇੰਜ ਨਹੀਂ ਤੁਹਾਨੂੰ ਗਾਜ਼ੀ ਅਬਾਸ ਦੀ ਅਲਮ ਦੀ ਕਸਮ ਹੈ ਮੇਰਾ ਹੱਕ ਨਾ ਰੱਖਿਓ ਮੇਰਾ ਸਾਥ ਦਿਓ ਅਲਮ ਅਬਾਸ ਦਾ ਕਰਦਾ ਕੀ ਹੈ ਅਲਮ ਅਬਾਸ 'ਚ ਕਿਹੜੀ ਕਿਹੜੀ ਕੁਆਲਿਟੀ ਪਾਈ ਜਾਂਦੀ ਹੈ ਅਸਾਂ ਮਾਤਮੀ ਹਲਕੇ ਦੇ ਵਿੱਚ ਜਦੋਂ ਅਲਮ ਅਬਾਸ ਦਾ ਚਾਇਆ ਅਸਾਂ ਮਾਤਮੀ ਹਲਕੇ ਦੇ ਮੌਲਾ ਦਾ ਵਾਸਾ ਫਿਰ ਚੌਂਕਾਂ ਵਿੱਚ ਖੜ ਖੜ ਫਿਰ ਚੌਂਕਾਂ ਵਿੱਚ ਖੜ ਖੜ ਫਿਰ ਚੌਂਕਾਂ ਵਿੱਚ ਖੜ ਖੜ ਕੇ ਮੁੱਲਾ ਦੇ ਨਿਕਾਹ ਨੂੰ ਤੁੜਾ ਉਹ ਕਿਤੇ ਗਏ ਉਸ ਰੋਬੇ ਵਾਲਿਓ ਗਾਜ਼ੀ ਦਾ ਵਾਸਤਾ ਬੋਲੋ ਹੈਦਰ ਅਲਗ ਸਮਰ ਜੀ ਅੱਗੇ ਆ ਹੱਥ ਉੱਚੇ ਹੈਦਰੀ ਇਮਾਮ ਹੁਸੈਨ ਦਾ ਸਦਕਾ